ਜਦੋਂ ਕੋਈ ਦਿਲਾਂ ਵਿੱਚ ਥਾਂ ਬਣਾ ਕੇ ਦੂਰ ਹੋ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ। ਰੁਪਿੰਦਰ ਹਾਂਡਾ ਜੀ ਦੇ ਤੇਰੀ ਮੇਰੀ ਨਿਭੀ ਜਾਂਦੀ, ਲੈਂਬਰ ਹੁਸੈਨਪੁਰੀ ਜੀ ਦੇ 12 ਬੋਰਾਂ ਦੇ ਅਤੇ ਸਤਵਿੰਦਰ ਬਿੱਟੀ ਜੀ ਦੇ ਲਵ ਹੋ ਗਿਆ ਵਰਗੇ ਹਿੱਟ ਪੰਜਾਬੀ ਸੌਂਗਸ ਦੇ ਲਿਰਿਸਿਸਟ ਦੇਵਿੰਦਰ ਬੇਨੀਪਾਲ ਜੀ ਬੀਤੀ 30 ਜਨਵਰੀ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰੁਪਿੰਦਰ ਹਾਂਡਾ ਜੀ ਨੇ ਆਪਣੇ ਫੇਸਬੁੱਕ ਪੋਸਟ ਰਾਹੀਂ ਇਸ ਦੁਖਦਾਈ ਖਬਰ ਨੂੰ ਸਭ ਨਾਲ ਸਾਂਝਾ ਕੀਤਾ। ਰੁਪਿੰਦਰ ਹਾਂਡਾ ਜੀ ਨੇ ਦੱਸਿਆ ਕਿ ਉਹਨਾਂ ਦੇ ਗੀਤ ਤੇਰੀ ਮੇਰੀ ਨਿਭੀ ਜਾਂਦੀ ਨੇ ਹੀ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ, ਪਰ ਅੱਜ ਦੇਵਿੰਦਰ ਜੀ ਦੇ ਤੁਰ ਜਾਣ ਤੇ ਉਹਨਾਂ ਨੂੰ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਹੈ। ਦੇਵਿੰਦਰ ਜੀ ਦਾ ਹਰ ਗੀਤ ਅੱਜ ਵੀ ਪੰਜਾਬੀ ਮਿਊਜ਼ਿਕ ਦੇ ਪੁਰਾਣੇ ਦੌਰ ਦੀਆਂ ਯਾਦਾਂ ਤਾਜ਼ੀਆਂ ਕਰ ਦਿੰਦਾ ਹੈ। ਇਸ ਸ਼ੋਕ ਭਰੀ ਘੜੀ ਵਿੱਚ ਸਾਡੀ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ।